ਫਰੀਦਕੋਟ 'ਚ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕਾਂ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ 24 ਅਗਸਤ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੌਰਾਨ ਪਾਰਟੀ ਦੀ ਰਣਨੀਤੀ ਐਲਾਨੀ ਹੈ। ਕੋਟਪੁਰਾ 'ਚ ਬਾਗੀ ਧੜੇ ਦੇ 8 ਵਿਧਾਇਕਾਂ ਨੇ ਵਲੰਟੀਅਰ ਕਨਵੈਨਸ਼ਨ ਵਿੱਚ ਪਾਰਟੀ ਨੂੰ ਨਵੀਂ ਰੰਗਤ ਦਿੱਤੀ ਅਤੇ ਨਵਜੋਤ ਸਿੱਧੂ ਤੇ ਸੁਖਬੀਰ ਸਿੰਘ ਬਾਦਲ ਬਾਰੇ ਆਪਣੇ ਵਿਚਾਰ ਵੀ ਰੱਖੇ। ਇਸ ਰੈਲੀ ਵਿੱਚ ਸੁਖਪਾਲ ਸਿੰਘ ਖਹਿਰਾ ਨਾਲ ਕੰਵਰ ਸੰਧੂ, ਜਗਦੇਵ ਸਿੰਘ ਕਮਾਲੂ ਸਮੇਤ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਤੋਂ ਇਲਾਵਾ ਹੋਰ ਵੀ ਆਪ ਦੇ ਵਿਧਾਇਕ ਅਤੇ ਨੇਤਾ ਹਾਜ਼ਰ ਸਨ। ਖਹਿਰਾ ਨੇ ਇਸ ਮੌਕੇ ਭਗਤ ਸਿੰਘ ਨੂੰ ਸਮਰਪਿਤ ਪੀਲੇ ਰੰਗ ਦੀ ਦਸਤਾਰ ਦੀ ਥਾਂ ਹੁਣ ਹਰੇ ਰੰਗ ਦੀ ਪੱਗ ਅਪਣਾ ਲਈ ਹੈ। ਆਪਣੇ ਧੜੇ ਦੇ ਬਾਕੀ ਵਿਧਾਇਕਾਂ ਨੂੰ ਇਹ ਦਸਤਾਰ ਭੇਟ ਕਰਦਿਆਂ ਖਹਿਰਾ ਨੇ ਕਿਹਾ ਹੈ ਕਿ ਹਰੇ ਰੰਗ ਦੀ ਪਗੜੀ ਪੰਜਾਬ ਦੀ ਕਿਸਾਨੀ ਦਾ ਪ੍ਰਤੀਕ ਹੈ, ਇਸ ਲਈ ਉਹਨਾਂ ਵੱਲੋਂ ਇਹ ਰੰਗ ਅਪਣਾਇਆ ਗਿਆ ਹੈ। ਇਸ ਤੋਂ ਇਲਾਵਾ ਖਹਿਰਾ ਨੇ ਸਾਫ਼ ਕੀਤਾ ਹੈ ਕਿ ਉਹ ਅਸਲੀ ਆਮ ਆਦਮੀ ਪਾਰਟੀ ਹੈ ਅਤੇ ਵਿਧਾਨ ਸਭਾ ਦੇ 24 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਮਾਨਸੂਨ ਇਜਲਾਸ ਵਿੱਚ ਉਹ ਕੋਈ ਵੱਖਰਾ ਸਥਾਨ ਨਹੀਂ ਲੈਣਗੇ। ਅਸੀਂ ਮੇਨ ਆਮ ਆਦਮੀ ਪਾਰਟੀ ਹਾਂ ਜੀ, ਬੈਠਾਂਗੇ ਆਪਣੀ ਸਾਡੀ ਆਮ ਨਹੀਂ ਹਰੀ ਹਰੀ ਪਗੜੀ ਕਿਸਾਨਾਂ ਦਾ ਰੰਗ ਹੈ ਜੀ, ਇਹਦੇ ਨਾਲ ਵਧੀਆ ਤਾਂ ਰੰਗ ਹੀ ਹੈ ਨਹੀਂ ਕੋਈ। ਨਾ 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 ਨਾ, ਆਮ ਆਦਮੀ ਪਾਰਟੀ ਅਸੀਂ ਕੋਈ ਛੱਡੀ ਪਾਰਟੀ ਜੀ, ਜਿਹੜੀ ਪਾਰਟੀ ਨੂੰ ਪੰਜਾਬੀਆਂ ਨੇ ਆਪਣੇ ਖੂਨ ਪਸੀਨੇ ਨਾਲ ਸਿੰਜਿਆ, ਪੈਸਾ ਦਿੱਤਾ, ਮਿਹਨਤ ਕੀਤੀ, ਨੌਕਰੀਆਂ ਛੱਡੀਆਂ, ਅਸੀਂ ਕੋਈ ਛੱਡੀ ਹੈ ਜੀ? ਬਿਲਕੁਲ ਨਹੀਂ, ਬਿਲਕੁਲ ਕਿਸੇ ਪਾਰਟੀ ਦੇ ਨਾਲ ਹਲੇ ਪਹਿਲਾਂ ਆਪਣਾ ਅਸੀਂ ਘਰ ਸਵਾਰਾਂਗੇ, ਉਸ ਤੋਂ ਬਾਅਦ ਦੇਖੋ। ਲੈਟ ਦ ਸਿਚੁਏਸ਼ਨ ਕਮ, ਇਟ ਇਜ਼ ਟੂ ਪ੍ਰੀਮੈਚੋਰ, ਬਿਕੋਜ਼ ਵੀ ਵਾਂਟ ਕਿ ਸਾਡੀ ਪਾਰਟੀ ਦੇ ਲੀਡਰਸ ਪੰਜਾਬ ਦੇ ਲੋਕਾਂ ਦੀ ਜ਼ਮੀਨ ਤੋਂ ਆਵਾਜ਼ ਸੁਣ ਲੈਣ। ਅਗਰ ਉਹ ਵਾਕਈ ਡੈਮੋਕਰੈਟਸ ਨੇ ਤਾਂ ਉਹਨਾਂ ਨੂੰ ਪੰਜਾਬ ਦੇ ਹਜ਼ਾਰਾਂ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਨਾ। ਅਗਰ ਉਹ ਅਗਰ ਲੋਕ ਸਭਾ ਦੇ ਵਿੱਚ ਦਿੱਲੀਓਂ ਪੈਰਾਸ਼ੂਟ ਤੋਂ ਉਤਾਰਨਗੇ ਤਾਂ ਮੌਕੇ 'ਤੇ ਦੇਖਾਂਗੇ। ਨਵਜੋਤ ਸਿੱਧੂ ਨੇ ਕੋਈ ਗਲਤੀ ਨਹੀਂ ਕੀਤੀ, ਜੱਫੀ ਪਾਉਣਾ ਕੋਈ ਮਾੜੀ ਗੱਲ ਨਹੀਂ। ਸਾਨੂੰ ਸਾਡਾ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਲੰਘਾ, ਉਹ ਸਾਨੂੰ ਚਾਹੀਦਾ ਵਾ, ਉਹ ਸਾਨੂੰ ਮਿਲਣਾ ਚਾਹੀਦਾ। ਪੰਜਾਬ ਦਾ ਅਤੇ ਪਾਕਿਸਤਾਨ ਦਾ ਅੰਮ੍ਰਿਤਸਰ ਬਾਰਡਰ ਖੁੱਲ੍ਹਣਾ ਚਾਹੀਦਾ, ਸਾਡੇ ਕਿਸਾਨ ਮਰ ਰਹੇ ਨੇ, ਸਾਡੇ ਕੋਲ ਹੋਰ ਕੋਈ ਚਾਰਾ ਨਹੀਂ। ਦੇਖੋ ਇਹ ਉਹਨਾਂ ਦੀ ਆਪਸ ਵਿੱਚ ਬੀਜੇਪੀ ਦੇ ਖਹਿਬਾਜ਼ੀ ਜੀ ਹੈਗੀ ਆ, ਇਹਨਾਂ ਦੀ ਪੂਰੀ ਕਹਿੰਦੇ ਹੁੰਦੇ ਆ ਕਿ ਆਪਸੀ ਲੜਾਈ ਹੈ, ਮੈਂ ਉਹਦੇ 'ਚ ਕੁਛ ਨਹੀਂ ਕਹਿਣਾ ਚਾਹੁੰਦਾ। ਸੁਖਬੀਰ ਨੂੰ ਹਰਿਆਣਾ ਮੁਬਾਰਕ, ਉਹਨਾਂ ਕਹਿੰਦਾ ਜਾ ਪੰਜਾਬ ਨੂੰ ਬਥੇਰਾ ਲੁੱਟ ਲਿਆ, ਹੁਣ ਹਰਿਆਣੇ ਨੂੰ ਲੁੱਟ ਲਾ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ, ਪੰਜਾਬ ਟੂਡੇ।